ਤੇਰੀ ਕਰਮ ਗਿੱਲ ਉਹ ਭੱਜਲਾ ਜਿੱਥੇ ਭੱਜਿਆ ਜਾਂਦਾ ਤੇਰਾ ਆਖਰੀ ਸਾਲ ਆ ਤੈਨੂੰ ਠੋਕ ਦੇਣਾ ਹੁਣ ਅਸੀਂ ਜਿਹੜੇ ਥਰੈਟ ਤੁਹਾਨੂੰ ਮਿਲ ਰਿਹਾ ਕਿੱਥੋਂ ਥਰੈਟ ਜੇ ਤੁਹਾਨੂੰ ਮਿਲ ਰਿਹਾ ਔਰ ਕੌਣ ਤੁਹਾਨੂੰ ਕਰ ਰਿਹਾ ਜੀ ਅਕਾਲੀ ਦਲ ਬਾਦਲ ਨਾਲ ਵੀ ਸੰਬੰਧਿਤ ਨੇ RSS ਨਾਲ ਵੀ ਸੰਬੰਧਿਤ ਨੇ ਗਰਮ ਖਿਆਲੀ ਜਿਹੜੇ ਖਾਲਿਸਤਾਨ ਨੂੰ ਸਪੋਰਟ ਕਰਦੇ ਨੇ ਉਹਨਾਂ ਨਾਲ ਵੀ ਸੰਬੰਧਿਤ ਨੇ ਮੈਂ ਹੁਣ ਕਿਹਦਾ ਕਿਹਦਾ ਨਾਂ ਲੈ ਕੇ ਦੱਸਾਂ ਮੈਨੂੰ ਤਾਂ ਧਮਕਾਉਣ ਵਾਲੇ ਹੀ ਹਜ਼ਾਰਾਂ ਬੈਠੇ ਨੇ ਮੇਰੀ ਫੇਸਬੁੱਕ ID ਚੈੱਕ ਕਰ ਲਿਓ ਮੇਰਾ ਮੈਸੰਜਰ ਅਕਾਊਂਟ ਚੈੱਕ ਕਰ ਲਿਓ ਮੇਰੇ ਵਟਸਐਪ ਚੈੱਕ ਕਰ ਲਿਓ ਧਮਕੀਆਂ ਦੇਣ ਵਾਲੇ ਹਜ਼ਾਰਾਂ ਦੀ ਗਿਣਤੀ 'ਚ ਨੇ ਅਤੇ ਹੈ ਸਾਰੇ ਦਹਿਸ਼ਤਗਰਦੀ ਆ ਆ ਚੱਕ ਜਿੰਨੀਆਂ ਇਹਦੇ ਵਿੱਚ ਪੈਂਦੀਆਂ ਨਾ 9 ਦੀਆਂ 9 ਗਿੱਲ ਸਾਰੀਆਂ ਤੇਰੀ ਛਾਤੀ 'ਚ ਧੱਕਣੀਆਂ ਅਸੀਂ 9 ਗੋਲੀਆਂ 'ਤੇ ਤੇਰਾ ਨਾਂ ਲਿਖਤਾ ਵਾ 9 ਦੀਆਂ 9 ਤੇਰੇ ਛਾਤੀ 'ਚ ਧੱਕਣੀਆਂ ਤੇਰੀ ਪੁੜਪੜੀ ਨਾਲ ਪਿਸਟਲ ਲਾ ਕੇ ਗੋਲੀਆਂ ਮਾਰਾਂਗੇ ਅਟੈਕ ਕਰਾਂਗੇ ਤੇਰੇ 'ਤੇ ਜੇ ਗੱਲ ਕੀਤੀ ਜਾਵੇ ਤਾਂ ਜਗਦੀਸ਼ ਟਾਈਟਲ ਨਾ ਕਿਸੇ ਵੀ ਸਿੱਖ ਦੀ ਤਸਵੀਰ ਨਹੀਂ ਹੁੰਦੀ ਆ ਹਰੇਕ ਵਿਅਕਤੀ ਕਹਿੰਦਾ ਕਿ ਮੈਂ ਨਾ ਤਸਵੀਰ ਨਹੀਂ ਖਿਚਾਉਂਦਾ ਤੁਹਾਡੇ ਤੁਸੀਂ ਕਿਸ ਤਰ੍ਹਾਂ ਤਸਵੀਰ ਕਰਵਾ ਲੈਂਦੇ ਹੋ ਤਸਵੀਰ ਕਿਸੇ ਨਾਲ ਕਰਾਉਣੀ ਕੋਈ ਮਾੜੀ ਗੱਲ ਨਹੀਂ ਆ ਲੇਕਿਨ HS ਫੂਰਕਾ ਕਹਿ ਰਹੇ ਨੇ ਕਿ ਹੁਣ ਟਾਈਟਲਰ ਦੀ ਵਾਰੀ ਆ ਅੰਦਰ ਭੇਜਣ ਦੀ ਕਿਉਂਕਿ ਜਿਹੜੇ ਸੱਜਣ ਕੁਮਾਰ ਨੇ ਆਲਰੇਡੀ ਅੰਦਰ ਹਾਂ ਫੂਲਕਾ ਸਾਹਿਬ ਦੀ ਕੀ ਗੱਲ ਕਰਦੇ ਹੋ ਉਹ ਚੰਦ ਰੁਪਈਆਂ ਦੀ ਚਿਲੰਡਾ ਦੇ ਪਿੱਛੇ ਉਹਨਾਂ ਦੀ ਦੌੜ ਲੱਗੀ ਆ ਉਹ ਤਾਂ ਪੰਨੂ ਵਰਗਾ ਹਾਲ ਆ ਜੀ ਫੁਲਕੇ ਦਾ ਇੱਥੇ ਕੁਛ ਆ ਅਤੇ ਉੱਥੇ ਕੁਛ ਆ ਮੈਂ ਕਿਸੇ ਅਫਸਰ ਦਾ ਨਾਂ ਨਹੀਂ ਲੈਣਾ ਚਾਹੁੰਦਾ ਜਿਹੜੇ ਸਾਨੂੰ ਮਾੜੇ ਅਫਸਰ ਟੱਕਰ ਜਾਂਦੇ ਨੇ ਉਹ ਕਹਿੰਦੇ ਜੀ ਤੈਨੂੰ ਇਹ ਕੋਈ ਥਰੈਟ ਨਹੀਂ ਹੈਗਾ ਕਿਸੇ ਰਿਕਾਰਡ ਦੇ ਵਿੱਚ ਇਹੋ ਜਿਹੀ ਗੱਲ ਹੀ ਨਹੀਂ ਹੋਣੀ ਕਿਤੇ ਜਿੱਥੇ ਮੈਨੂੰ ਮਾਰਨ ਦੀ ਗੱਲ ਨਾ ਕੀਤੀ ਗਈ ਹੋਵੇ ਕਈਆਂ ਨੇ ਤਿੱਥੋਂ ਧੁੱਕੇ ਵੀ ਕਹਿ ਦਿੱਤਾ ਵਾ ਕਿ ਤੇਰਾ ਪੱਗ ਸਮੇਹ ਦੀ ਸਿਰ ਕਲਮ ਕਰਕੇ ਲੈ ਜਾਵਾਂਗੇ ਇਹ ਤੇਰੀ ਪੱਗ ਲਾ ਕੇ ਲੈ ਜਾਵਾਂਗੇ ਤੇਰੇ ਕੇਸ ਕਤਲ ਕਰ ਦਿਆਂਗੇ ਇਹ ਆ ਮੈਨੂੰ ਫੇਸਬੁੱਕ 'ਤੇ ਬੜੇ ਮੈਸੇਜ ਆਏ ਤੇਰੀ ਭੈਣ ਦਾ ਵਿਆਹ ਸੀਗਾ ਤੂੰ ਆਪਣੀ ਭੈਣ ਦੇ ਵਿਆਹ ਦੇ ਟਾਈਟਲਰ ਨੂੰ ਨਹੀਂ ਬੁਲਾਇਆ ਮੈਂ ਉਹ ਮੈਸੇਜ ਪੜ੍ਹ ਕੇ ਬਹੁਤ ਹੈਰਾਨ ਵੀ ਸੀਗਾ ਅਤੇ ਪਰੇਸ਼ਾਨ ਵੀ ਸੀਗਾ ਕਿ ਮੇਰੀ ਸੀਕ੍ਰੇਸੀ ਛੋਟੀ ਛੋਟੀ ਇਨਫੋਰਮੇਸ਼ਨ ਇਹਨਾਂ ਨੂੰ ਹੈਗੀ ਆ ਕਹਿਣ ਦਾ ਮਤਲਬ ਇਹ ਸੀਗਾ ਕਿ ਇਹ ਟਾਈਟਲਰ ਸਾਹਿਬ ਦੀ ਆਉਣ ਦੇ ਇੰਤਜ਼ਾਰ 'ਚ ਸੀਗੇ ਕਿ ਟਾਈਟਲਰ ਸਾਹਿਬ ਇੱਥੇ ਪਹੁੰਚਣਗੇ ਅਤੇ ਅਸੀਂ ਕੋਈ ਨਾ ਕੋਈ ਵੱਡੀ ਘਟਨਾ ਨੂੰ ਅੰਜਾਮ ਦੇਵਾਂਗੇ ਜੱਗੂ ਭਗਵਾਨਪੁਰੀ ਵੱਲੋਂ ਵੀ ਤੁਹਾਨੂੰ ਕੋਈ ਧਮਕੀਆਂ ਦਿੱਤੀਆਂ ਯਾਰ ਜੀ ਮੈਨੂੰ ਮੈਸੰਜਰ ਮੇਰੇ ਕਾਲ 'ਤੇ ਕਾਲ ਆਉਂਦੇ ਰਹੇ ਜੱਗੂ ਭਗਵਾਨਪੁਰੀ ਦੇ ਨਾਮ 'ਤੇ ਜਿਹੜਾ ਇਹਦਾ ਅਕਾਊਂਟ ਸੀਗਾ ਉੱਤੇ 15 ਮਿੰਟ 36 ਸੈਕਿੰਡ ਗੱਲ ਹੋਈ ਕਈ ਇਹਦੇ ਮਿਸ ਕਾਲ ਵੀ ਆਏ ਸੀਗੇ ਬੜੇ ਤਰ੍ਹਾਂ ਦੇ ਮੈਸੇਜ ਵੀ ਆਏ ਸੀਗੇ ਜਿਹਦੇ ਸਿੱਧੇ ਅਤੇ ਅਸਿੱਧੇ ਤੌਰ 'ਤੇ ਮੈਨੂੰ ਮੇਰੇ ਪਰਿਵਾਰ ਨੇ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਆ ਕੱਲ੍ਹ ਨੂੰ ਮੇਰਾ ਅਤੇ ਮੇਰੇ ਪਰਿਵਾਰ ਦਾ ਕੋਈ ਵੀ ਜਾਨੀ ਮਾਨੀ ਨੁਕਸਾਨ ਹੁੰਦਾ ਵਾ ਉਹਦੇ ਮੁੱਖ ਤੌਰ 'ਤੇ ਜ਼ਿੰਮੇਵਾਰ DGP ਪੰਜਾਬ ਅਤੇ CP ਅੰਮ੍ਰਿਤਸਰ ਹੋਣਗੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਹਦੇ ਵਿੱਚ ਜੱਗੂ ਭਗਵਾਨਪੁਰੀਆ ਦਾ ਨਾਮ ਲਿੱਤਾ ਜਾਂਦਾ ਔਰ ਕਿਹਾ ਜਾਂਦਾ ਕਿ ਮੈਨੂੰ ਥਰੈਟ ਮਿਲ ਰਹੀ ਹੈ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਕਈ MLA ਕਈ ਵਿਧਾਇਕ ਕਈ ਨੇਤਾ ਐਸੇ ਨੇ ਜਿਹੜੇ ਕਹਿ ਰਹੇ ਨੇ ਕਿ ਉਹਨਾਂ ਦੀ ਪੁਲਿਸ ਦੇ ਵਿੱਚ ਸੁਣਵਾਈ ਨਹੀਂ ਹੋ ਰਹੀ ਇੱਕ ਸ਼ਖਸ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਜੋ ਕਿ ਕਾਂਗਰਸ ਪਾਰਟੀ ਤੋਂ ਹੀ ਬਿਲੋਂਗ ਕਰਦੇ ਨੇ ਲੇਕਿਨ ਉਹਨਾਂ ਦਾ ਕਸੂਰ ਇਹੀ ਹੈ ਕਿ ਉਹ ਜਗਦੀਸ਼ ਟਾਈਟਲਰ ਨਾਲ ਤਸਵੀਰ ਖਿਚਾਉਂਦੇ ਨੇ ਔਰ ਜਗਦੀਸ਼ ਟਾਈਟਲਰ ਦੇ ਨਾਲ ਉਹਨਾਂ ਦੇ ਪਰਿਵਾਰਿਕ ਸੰਬੰਧ ਨੇ
ਹੁਣ ਉਸ ਤੋਂ ਬਾਅਦ ਉਹਨਾਂ ਨੂੰ ਥਰੈਟ ਜਿਹੜੇ ਆ ਮਿਲਣੇ ਸ਼ੁਰੂ ਹੋ ਜਾਂਦੇ। ਕੀ ਆ ਲੋਅ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਵਿੱਚ, ਉਹਨਾਂ ਨਾਲ ਵੀ ਗੱਲ ਕਰ ਲੈਂਦੇ, ਜਾਣਦੇ ਹਾਂ ਕਿਉਂ ਥਰੈਟ ਉਹਨਾਂ ਨੂੰ ਜਿਹੜੇ ਆ ਦਿੱਤੇ ਜਾ ਰਹੇ। ਭਾਅ ਜੀ ਕੀ ਨਾਮ ਹੈ ਤੁਹਾਡਾ? ਮੈਂ ਕਰਮਜੀਤ ਸਿੰਘ ਗਿੱਲ, ਅੰਮ੍ਰਿਤਸਰ ਤੋਂ। ਮੈਂ ਐਸ ਸੀ ਭਾਈਚਾਰੇ ਨੂੰ ਬਿਲੋਂਗ ਕਰਦਾ ਵਾਂ। ਭਾਅ ਜੀ ਜਿਹੜੇ ਥਰੈਟ ਤੁਹਾਨੂੰ ਮਿਲ ਰਹੇ ਆ, ਕਿੱਥੋਂ ਥਰੈਟ ਜਿਹੜੇ ਤੁਹਾਨੂੰ ਮਿਲ ਰਹੇ ਆ ਔਰ ਕੌਣ ਤੁਹਾਨੂੰ ਕਰ ਰਿਹਾ ਜੀ? ਵੇਖੋ ਜੀ, ਅੱਤਵਾਦ ਦਾ ਕੋਈ ਰੂਪ ਨਹੀਂ ਹੁੰਦਾ। ਅੱਤਵਾਦ ਕਿਸੇ ਜਾਤ ਨੂੰ ਸੰਬੰਧਿਤ ਨਹੀਂ ਆ। ਅੱਤਵਾਦ ਦਾ ਨਾਮ ਅੱਤਵਾਦੀ ਆ, ਉਹਨਾਂ ਦਾ ਕੰਮ ਹੁੰਦਾ ਦਹਿਸ਼ਤਗਰਦੀ, ਠੀਕ ਹੈ ਨਾ, ਜਿਹੜਾ ਕਾਨੂੰਨ ਆ ਉਹਦੀ ਸਥਿਤੀ ਨੂੰ ਭੰਗ ਕਰਨਾ ਜੀ। ਮੈਨੂੰ ਲਗਾਤਾਰ ਹੀ ਵੱਖ ਵੱਖ ਜਥੇਬੰਦੀਆਂ ਦੇ ਆਗੂ, ਉਹਨਾਂ ਦੇ ਵਿੱਚ ਅਕਾਲੀ ਦਲ ਬਾਦਲ ਨਾਲ ਵੀ ਸੰਬੰਧਿਤ ਨੇ, RSS ਨਾਲ ਵੀ ਸੰਬੰਧਿਤ ਨੇ, ਗਰਮ ਖਿਆਲੀ ਜਿਹੜੇ ਖਾਲਿਸਤਾਨ ਨੂੰ ਸਪੋਰਟ ਕਰਦੇ ਨੇ ਉਹਨਾਂ ਨਾਲ ਵੀ ਸੰਬੰਧਿਤ ਨੇ। ਮੈਂ ਹੁਣ ਕਿਹਦਾ ਕਿਹਦਾ ਨਾਂ ਲੈ ਕੇ ਦੱਸਾਂ? ਮੈਨੂੰ ਤਾਂ ਧਮਕਾਉਣ ਵਾਲੇ ਹੀ ਹਜ਼ਾਰਾਂ ਬੈਠੇ ਨੇ। ਮੇਰੀ ਫੇਸਬੁੱਕ ਆਈ ਡੀ ਚੈੱਕ ਕਰ ਲਿਓ, ਮੇਰਾ ਮੈਸੰਜਰ ਅਕਾਊਂਟ ਚੈੱਕ ਕਰ ਲਿਓ, ਮੇਰੇ ਵਟਸਐਪ ਚੈੱਕ ਕਰ ਲਿਓ। ਧਮਕਿਆ ਦੇਣ ਵਾਲੇ ਹਜ਼ਾਰਾਂ ਦੀ ਗਿਣਤੀ 'ਚ ਨੇ ਅਤੇ ਹੈ ਸਾਰੇ ਦਹਿਸ਼ਤਗਰਦੀ ਆ। ਦਹਿਸ਼ਤਗਰਦਾਂ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਵਾਂ ਕਿ ਦਹਿਸ਼ਤਗਰਦਾਂ ਕੰਮ ਹੀ ਦਹਿਸ਼ਤ ਫੈਲਾਉਣਾ ਹੁੰਦਾ ਵਾ, ਨਾ ਇਹ ਕਿਸੇ ਜਾਤ ਨਾਲ ਸੰਬੰਧਿਤ ਹੁੰਦੀ ਆ, ਨਾ ਕਿਸੇ ਧਰਮ ਨਾਲ ਸੰਬੰਧਿਤ ਹੁੰਦਾ। ਗਿੱਲ ਸਾਹਿਬ, ਕੀ ਕਾਰਨ ਸਮਝਦੇ ਹੋ, ਕਾਰਨ ਕੀ ਆ ਇਹਦੇ ਪਿੱਛੇ? ਵੇਖੋ ਜੀ, ਕਾਰਨ ਤਾਂ ਹੁਣ ਉਹਨਾਂ ਨੂੰ ਪਤਾ ਹੋ ਸਕਦਾ ਵਾ, ਪਰ ਜਿਹੜੀਆਂ ਮੈਨੂੰ ਥਰੈਟ ਮਿਲਦੇ ਪਏ ਨੇ, ਜਿਹੜੀਆਂ ਮੈਨੂੰ ਧਮਕੀਆਂ ਮਾਰਨ ਦੀਆਂ ਸ਼ਰੇਆਮ, ਉਹ ਮੈਂ ਸਾਰਾ ਰਿਕਾਰਡ ਤੁਹਾਨੂੰ ਵੀ ਪ੍ਰੋਵਾਈਡ ਕਰਵਾਊਂਗਾ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਬ੍ਰੈਸਟ ਦੇ ਬ੍ਰੈਸਟ ਮਾਰਨੇ ਆ ਤੇਰੇ, 9 ਗੋਲੀਆਂ 'ਤੇ ਤੇਰਾ ਨਾਂ ਲਿਖਤਾ ਵਾ, 9 ਦੀਆਂ 9 ਤੇਰੇ ਛਾਤੀ 'ਚ ਧੱਕਣੀਆਂ, ਤੇਰੀ ਪੁੜਪੜੀ ਨਾਲ ਪਿਸਟਲ ਲਾ ਕੇ ਗੋਲੀਆਂ ਮਾਰਾਂਗੇ, ਅਟੈਕ ਕਰਾਂਗੇ ਤੇਰੇ 'ਤੇ। ਜਿਹੜੀਆਂ ਜ਼ਿਆਦੀਆਂ ਧਮਕੀਆਂ ਨੇ ਉਹ ਸ਼੍ਰੀ ਮਾਣਯੋਗ ਸ਼੍ਰੀ ਜਗਦੀਸ਼ ਟਾਈਟਲਰ ਜੀ ਦੇ ਨਾਲ ਮੇਰੀ ਨੇੜਤਾ ਹੋਣ ਦੇ ਕਰਕੇ ਮੈਨੂੰ ਧਮਕੀਆਂ ਮਿਲਦੀਆਂ ਪਈਆਂ ਨੇ। ਬਾਕੀ ਜਿਹੜੇ ਸਮਾਜ ਵਿਰੋਧੀ ਅਨਸਰ ਨੇ, ਇਹ ਉਹਨਾਂ ਦੀਆਂ ਕੁਝ ਸ਼ਰਾਰਤਾਂ ਨੇ, ਇਹ ਕੁਝ ਮੇਰੇ ਖਿਆਲ ਨਾਲ ਜਿਹੜੇ ਮਾੜੇ ਅਨਸਰ ਨੇ, ਉਹ ਇਹ ਉਹਨਾਂ ਦੀ ਮਾੜੀ ਕਾਰਜਕਾਰੀ ਹੈ ਸਾਰੀ। ਲੇਕਿਨ ਜੇ ਗੱਲ ਕੀਤੀ ਜਾਵੇ ਤਾਂ ਜਗਦੀਸ਼ ਟਾਈਟਲਰ ਨਾਲ ਕਿਸੇ ਵੀ ਸਿੱਖ ਦੀ ਤਸਵੀਰ ਨਹੀਂ ਆਉਂਦੀ ਆ। ਹਰੇਕ ਵਿਅਕਤੀ ਕਹਿੰਦਾ ਕਿ ਮੈਂ ਨਾ ਤਸਵੀਰ ਨਹੀਂ ਖਿਚਾਵਾਂਗਾ। ਤੁਸੀਂ ਕਿਸ ਤਰ੍ਹਾਂ ਤਸਵੀਰ ਕਰਵਾ ਲੈਂਦੇ ਹੋ? ਨਹੀਂ, ਮੈਂ ਇਕੱਲਾ ਤਸਵੀਰ ਤੱਕ ਸੀਮਿਤ ਨਹੀਂ ਆ। ਟਾਈਟਲਰ ਸਾਹਿਬ ਦੇ ਨਾਲ ਮੈਂ ਅਤੇ ਟਾਈਟਲਰ ਸਾਹਿਬ ਮੇਰੇ ਨਾਲ ਹਰੇਕ ਦੁੱਖ ਸੁੱਖ ਦੇ ਭਾਈਵਾਲ ਨੇ। ਮੈਨੂੰ ਉਹ ਪਰਿਵਾਰਕ ਮੈਂਬਰ ਮੰਨਦੇ ਨੇ, ਮੈਨੂੰ ਆਪਣਾ ਛੋਟਾ ਵੀਰ, ਮੈਨੂੰ ਬੱਚਾ ਮੰਨਦੇ ਨੇ। ਠੀਕ ਹੈ, ਅਸੀਂ ਹੈ ਵੀ ਉਹਨਾਂ ਦੇ ਬੱਚਿਆਂ ਵਰਗੇ ਹਾਂ। ਤਸਵੀਰ ਕਿਸੇ ਨਾਲ ਕਰਵਾਉਣੀ ਕੋਈ ਮਾੜੀ ਗੱਲ ਨਹੀਂ ਆ। ਟਾਈਟਲਰ ਸਾਹਿਬ ਨੇਕ ਦਿਲ ਇਨਸਾਨ ਨੇ, ਅਮਨ ਪਸੰਦ ਨੇ, ਗਰੀਬਾਂ ਦੇ ਮਸੀਹਾ ਨੇ। ਤੁਸੀਂ ਜਾ ਕੇ ਕਿਤੇ ਮਿਲ ਕੇ ਵੇਖਿਓ ਜੀ, ਗਰਾਊਂਡ 'ਤੇ ਰਹਿ ਕੇ ਕੰਮ ਕਰਨ ਵਾਲੇ ਨੇ, ਲੋੜਵੰਦ ਦੀ ਹਮੇਸ਼ਾ ਮਦਦ ਕਰਨ ਵਾਲੇ ਨੇ। ਜੇਕਰ ਅੱਜ ਏਜੰਸੀਆਂ ਦੀ ਕੋਝੀ ਸਾਜਿਸ਼ ਦੇ ਕਰਕੇ, ਇੱਕ ਪਾਰਟੀਬਾਜ਼ੀ ਦੀ ਗੁੱਟਬੰਦੀ ਦੇ ਕਰਕੇ ਉਹਨਾਂ ਦਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਉਹ ਸਰਾਸਰ ਝੂਠ ਆ, ਉਹ ਸਰਾਸਰ ਗਲਤ ਆ। ਇਸ ਗੱਲ ਨੂੰ ਤਾਂ ਸਾਡੀਆਂ ਮਾਣਯੋਗ ਅਦਾਲਤਾਂ ਨੇ ਵੀ ਇਨਕਾਰ ਕਰਕੇ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਹੋਈ ਸੀਗੀ। ਸਾਡੀ ਸਰਵੋਤਮ ਸੁਰੱਖਿਆ ਏਜੰਸੀ ਆ CBI, CBI ਨੇ ਟਾਈਟਲਰ ਸਾਹਿਬ ਨੂੰ ਕਿੰਨੀ ਵਾਰ ਕਲੀਨ ਚਿੱਟ ਦਿੱਤੀ ਹੋਈ ਆ ਜੀ? ਮੈਂ ਰੀਸੈਂਟਲੀ ਤੁਹਾਨੂੰ ਛੋਟੀ ਜਿਹੀ ਇਗਜ਼ਾਮਪਲ ਦਿੰਦਾ ਵਾਂ। ਜਗਤਾਰ ਸਿੰਘ ਹਵਾਰਾ ਨਾਮ ਦਾ ਜੋ ਵਿਅਕਤੀ ਹੈ, ਜੋ ਕਾਫੀ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਸੀਗਾ, ਸਾਡੀਆਂ ਮਾਣਯੋਗ ਅਦਾਲਤਾਂ ਕਿਸੇ ਇੱਕ ਕੇਸ ਦੇ ਵਿੱਚ ਉਹਨੂੰ ਬਰੀ ਕਰ ਦਿੰਦੀਆਂ ਨੇ। ਠੀਕ ਆ, ਉਹਦਾ ਕੋਈ ਕਸੂਰ ਨਹੀਂ ਪਾਇਆ ਗਿਆ ਹੋਊਗਾ ਉਸ ਕੇਸ ਦੇ ਸੰਬੰਧ ਵਿੱਚ, ਅਤੇ ਜਿੰਨੇ ਵੀ ਜਗਤਾਰ ਹਵਾਰੇ ਦੇ ਹਮਾਇਤੀ ਨੇ, ਦਹਿਸ਼ਤਗਰਦ ਨੇ, ਉਹ ਬੜਾ ਖੁਸ਼ ਹੁੰਦੇ ਨੇ ਅਤੇ ਸ਼ਲਾਘਾ ਵੀ ਕਰਦੇ ਨੇ ਅਦਾਲਤਾਂ ਦੇ ਫੈਸਲੇ ਦਾ। ਅਤੇ ਜੇ ਟਾਈਟਲਰ ਸਾਹਿਬ ਨੂੰ ਮਾਣਯੋਗ ਅਦਾਲਤਾਂ ਕਲੀਨ ਚਿੱਟ ਦਿੰਦੀਆਂ ਨੇ, CBI ਕਲੀਨ ਚਿੱਟ ਦਿੰਦੀ ਆ, ਤਾਂ ਫਿਰ ਅਸੀਂ ਵੱਖ ਵੱਖ ਮੁੱਦਿਆਂ 'ਤੇ ਇੱਦਾਂ ਅਸੀਂ ਦੁਬਿਧਾ ਵਿੱਚ ਪੈਣ ਵਾਲੀ ਗੱਲ ਆ। ਇਹ ਤਾਂ
ਜਿਹੜੀ ਸਾਡੀ ਨੌਜਵਾਨ ਪੀੜ੍ਹੀ ਉਹਨੂੰ ਕਿਰਾਏ ਪਾਇਆ ਹੋਇਆ ਵਾ, ਜਿਹੜੇ ਸਾਡੇ ਅਖੌਤੀ ਧਰਮ ਦੇ ਲੀਡਰ ਬਣੇ ਹੋਏ ਨੇ, ਇਹ ਸਾਰੀ ਉਹਨਾਂ ਦੀ। ਲੇਕਿਨ ਗਿੱਲ ਸਾਹਿਬ, ਜੇਕਰ ਗੱਲ ਕੀਤੀ ਜਾਵੇ ਟਾਈਟਲਰ ਦੀ ਜਾਂ ਸੱਜਣ ਕੁਮਾਰ ਦੀ, ਤਾਂ ਉਹ 1984 ਦਿੱਲੀ ਦੇ ਸਿੱਖ ਇਤਿਹਾਸ ਦੇ ਵਿੱਚ ਮੁੱਖ ਦੋਸ਼ੀ ਮੰਨੇ ਜਾ ਰਹੇ ਸੀਗੇ। ਤੁਸੀਂ ਸਮਝਦੇ ਹੋ ਕਿ ਕੋਈ ਵੀ ਵਿਅਕਤੀ ਆ ਭਾਵੇਂ ਪੰਜਾਬ ਦੇ ਨਾਲ, ਉਹ ਨਹੀਂ ਆਪਣੇ ਆਪ ਨੂੰ ਜਗਦੀਸ਼ ਟਾਈਟਲਰ ਦੇ ਨਾਲ ਨਾਲ ਜੋੜਨਾ ਚਾਹੁੰਦਾ, ਤੁਸੀਂ ਤੁਹਾਡੇ ਦਿਮਾਗ 'ਚ ਕਿਉਂ ਇਸ ਤਰ੍ਹਾਂ ਦੀਆਂ ਚੀਜ਼ਾਂ ਚੱਲਦੀਆਂ? ਵੇਖੋ ਜੀ, ਕੋਈ ਦੋਸ਼ੀ ਆ ਜਾਂ ਨਹੀਂ ਦੋਸ਼ੀ, ਦੋਸ਼ੀ ਕਰਾਰ ਦੇਣਾ ਉਹ ਸਾਡੀਆਂ ਮਾਣਯੋਗ ਅਦਾਲਤਾਂ ਦਾ ਕੰਮ ਆ, ਠੀਕ ਹੈ ਨਾ। ਫਰਿਆਦੀ ਦਾ ਕੰਮ ਆ, ਉਹ ਫਰਿਆਦ ਲੈ ਕੇ ਮਾਣਯੋਗ ਅਦਾਲਤਾਂ ਤੱਕ ਪਹੁੰਚ ਕਰਦਾ ਵਾ। ਅੱਗੇ ਫੈਸਲਾ ਸਹੀ ਨੂੰ ਸਹੀ ਕਹਿਣਾ ਅਤੇ ਗਲਤ ਨੂੰ ਗਲਤ ਕਹਿਣਾ, ਉਹ ਸਾਡੀਆਂ ਮਾਣਯੋਗ ਅਦਾਲਤਾਂ ਦਾ ਕੰਮ ਆ। ਸਾਡੀਆਂ ਜੇਕਰ ਮਾਣਯੋਗ ਅਦਾਲਤਾਂ ਨੇ ਅੱਜ ਤੱਕ ਉਹਨਾਂ ਨੂੰ ਗਲਤ ਨਹੀਂ ਕਿਹਾ, ਉਹਨਾਂ ਦੇ ਖਿਲਾਫ ਸਾਨੂੰ ਇੱਕ ਸਬੂਤ ਨਹੀਂ ਮਿਲ ਸਕਿਆ, ਅਤੇ ਅਸੀਂ ਕਿਸੇ ਦੇ ਬਿਹਾਫ 'ਤੇ ਕਿਸੇ ਕਹਿਣ 'ਤੇ ਕਿਸੇ ਗਲਤ ਨਹੀਂ ਕਹਿ ਸਕਦੇ। ਮੈਂ ਤਾਂ ਪਹਿਲਾਂ ਹੀ ਤੁਹਾਨੂੰ ਬੇਨਤੀ ਕਰ ਚੁੱਕਾ ਵਾਂ, ਤੁਹਾਡੇ ਚੈਨਲ ਦੇ ਥਰੂ ਮੈਂ ਤੁਹਾਡੇ ਜਿੰਨੇ ਵੀ ਸਰੋਤੇ ਹੈਗੇ ਨੇ, ਦਰਸ਼ਕ ਹੈਗੇ ਨੇ, ਅਤੇ ਸਮੁੱਚੇ ਪੰਜਾਬ ਅਤੇ ਪੰਜਾਬੀਅਤ ਨੂੰ ਇਹ ਅਪੀਲ ਕਰਦਾ ਵਾਂ, ਟਾਈਟਲਰ ਸਾਹਿਬ ਦੇ ਵਰਗਾ ਕੋਈ ਨੇਕ ਦਿਲ ਇਨਸਾਨ ਨਹੀਂ ਹੈਗਾ। ਜੇ 1984 ਦੇ ਵਿੱਚ ਜਿਹੜਾ ਦੁਖਾਂਤ ਵਾਪਰਿਆ ਸੀਗਾ ਉਹ ਅਸਹਿ ਪਾਉਣਾ ਸੀਗਾ, ਉਸ ਵਾਸਤੇ ਸਾਨੂੰ ਵੀ ਬੜਾ ਦੁੱਖ ਆ। ਸਾਡੇ ਹਜ਼ਾਰਾਂ ਹੀ ਪਰਿਵਾਰ ਉਜਾੜੇ ਗਏ ਉਸ ਮੌਕੇ 'ਤੇ, ਹਜ਼ਾਰਾਂ ਹੀ ਭੈਣਾਂ ਦੇ ਸਵਾਗ ਉਜੜੇ, ਬੜੇ ਵੱਡੇ ਪੈਮਾਨੇ 'ਤੇ ਨੁਕਸਾਨ ਹੋਇਆ ਕੌਮ ਦਾ, ਘਾਣ ਕੀਤਾ ਗਿਆ ਸੀਗਾ। ਪਰ ਉਸ ਕੋਲ ਗੱਲ ਦਾ ਦੁੱਖ ਸ਼੍ਰੀ ਟਾਈਟਲਰ ਸਾਹਿਬ ਨੂੰ ਵੀ ਆ, ਠੀਕ ਆ। ਟਾਈਟਲਰ ਸਾਹਿਬ ਨੇ ਆਪਣੇ ਕੌਂਸਟੀਟੂਐਂਸੀ ਦੇ ਵਿੱਚ ਰਹਿ ਕੇ ਬੜੇ ਸੁਚੱਜੇ ਤਰੀਕੇ ਦੇ ਨਾਲ ਮੈਨੇਜ ਕਰਕੇ ਸਿੱਖ ਪਰਿਵਾਰਾਂ ਨੂੰ ਬਚਾਇਆ ਸੀਗਾ, ਸਿੱਖ ਪਰਿਵਾਰਾਂ ਦਾ ਉਹਨਾਂ ਨੇ ਨੁਕਸਾਨ ਨਹੀਂ ਹੋਣ ਦਿੱਤਾ। ਮੈਂ ਵੀ ਗੱਲ ਮੰਨਦਾ, ਜੇ ਟਾਈਟਲਰ ਸਾਹਿਬ ਉੱਥੇ ਨਾ ਹੁੰਦੇ ਤਾਂ ਹੋ ਸਕਦਾ ਉਹਨਾਂ ਦੇ ਕੌਂਸਟੀਟੂਐਂਸੀ ਦੇ ਵਿੱਚ ਸ਼ਾਇਦ ਕੋਈ ਵੱਧ ਨੁਕਸਾਨ ਹੋ ਸਕਦਾ ਸੀਗਾ। ਲੇਕਿਨ HS ਫੂਲਕਾ ਕਹਿ ਰਹੇ ਨੇ ਕਿ ਹੁਣ ਟਾਈਟਲਰ ਦੀ ਵਾਰੀ ਆ ਅੰਦਰ ਭੇਜਣ ਦੀ, ਕਿਉਂਕਿ ਜਿਹੜੇ ਸੱਜਣ ਕੁਮਾਰ ਨੇ ਆਲਰੇਡੀ ਅੰਦਰ ਨੇ। ਹਾਂ, ਫੂਲਕਾ ਸਾਹਿਬ ਦੀ ਕੀ ਗੱਲ ਕਰਦੇ ਹੋ, ਉਹ ਚੰਦ ਰੁਪਈਆਂ ਦੀ ਚਿਲੰਡਾ ਦੇ ਪਿੱਛੇ ਉਹਨਾਂ ਦੀ ਦੌੜ ਲੱਗੀ ਆ। ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦਾ ਨਹੀਂ ਬਣ ਸਕਿਆ, ਆਪਣੀ ਜ਼ਬਾਨ 'ਤੇ ਇੱਕ ਜਗ੍ਹਾ ਟੇਕ ਕੇ ਕੰਮ ਨਹੀਂ ਕਰ ਸਕਦਾ, ਅਸੀਂ ਉਹਦੀ ਜ਼ਬਾਨ 'ਤੇ ਕੀ ਵਿਸ਼ਵਾਸ ਕਰ ਸਕਦੇ ਹਾਂ? ਉਹ ਤਾਂ ਪੰਨੂ ਵਰਗਾ ਹਾਲ ਆ ਜੀ ਫੂਲਕੇ ਦਾ, ਇੱਥੇ ਕੁਛ ਆ ਅਤੇ ਉੱਥੇ ਕੁਛ ਆ, ਪੈਸੇ ਪਿੱਛੇ ਇਹਨਾਂ ਦੀ ਦੌੜ ਲੱਗੀ ਆ। ਇਹਨਾਂ ਨੂੰ ਕੋ ਇਹਨਾਂ ਦੀ ਮਰੀ ਜ਼ਮੀਰ ਦੇ ਕਰਕੇ ਇਹ ਤਾਂ ਇੱਕ ਝੂਠ ਨੂੰ ਸੱਚ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ। ਜੇ ਇਹਨਾਂ ਦੇ ਜ਼ਮੀਰ ਕਾਇਮ ਆ, ਜੇ ਵਾਕਿਆ ਦੇ ਵਿੱਚ ਇਨਸਾਨੀਅਤ ਜਿਉਂਦੀ ਆ, ਅਤੇ ਕਿਸੇ ਧਰਮ ਗ੍ਰੰਥ 'ਤੇ ਹੱਥ ਰੱਖ ਕੇ ਕਹਿ ਦੇਣ ਕਿ ਫਲਾਣਾ ਦੋਸ਼ੀ ਆ ਜਾਂ ਫਲਾਣਾ ਦੋਸ਼ੀ ਆ, ਜੇ ਦੋਸ਼ੀ ਕੋਈ ਹੈਗਾ ਤਾਂ ਉਹਨਾਂ ਦੇ ਖਿਲਾਫ਼ ਸਬੂਤ ਪੇਸ਼ ਕਰਨ। ਮਾਣਯੋਗ ਅਦਾਲਤਾਂ ਨੇ, CBI ਨੇ ਕਲੀਨ ਚਿੱਟ ਦੇ ਦਿੱਤੀ, ਇਹਨਾਂ ਦੇ ਕਹਿਣ ਦੇ ਨਾਲ ਕੋਈ ਦੋਸ਼ੀ ਨਹੀਂ ਬਣ ਜਾਣਾ। ਚਰਨਜੀਤ ਗਿੱਲ ਕਿਤੇ ਸਿਕਿਉਰਿਟੀ ਲੈਣ ਦੇ ਚੱਕਰ ਦੇ ਵਿੱਚ ਸਭ ਕੁਛ ਨਹੀਂ ਕਰ ਰਿਹਾ? ਸਿਕਿਉਰਿਟੀ ਦਾ ਲਾਲਚ ਹੁੰਦਾ ਨਾ ਭਾਅ ਜੀ, ਮੈਂ ਸਰਕਾਰੀ ਅਦਾਰੇ ਤੋਂ ਆਪਣੀ ਸੇਵਾ ਤੋਂ ਆਪਣੀ ਖੁਸ਼ੀ ਨਾਲ ਰਿਜ਼ਾਈਨ ਨਾ ਕਰਦਾ। ਸਿਕਿਉਰਿਟੀ ਦਾ ਮੈਨੂੰ ਕੋਈ ਲਾਲਚ ਨਹੀਂ ਆ, ਮੈਂ ਸਮਾਜ ਸੇਵਕ ਹਾਂ, ਸਮਾਜ ਸੇਵਾ ਦੇ ਵਿੱਚ ਮੇਰਾ ਵਿਸ਼ਵਾਸ ਆ, ਸਮਾਜ ਸੇਵਕ ਸੇਵਾ ਦੇ ਵਿੱਚ ਹਮੇਸ਼ਾ ਵਾਸਤੇ ਡਟੇ ਰਹਾਂਗੇ। ਹਾਂ, ਅੱਜ ਜਦੋਂ ਦੇ ਮੈਨੂੰ ਥ੍ਰੈਟ ਮਿਲਣੇ ਸ਼ੁਰੂ ਹੋ ਗਿਆ, ਜਦੋਂ ਦੀਆਂ ਮੈਨੂੰ ਜਾਨੋਂ ਮਰਨ ਦੀਆਂ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ, ਇਹਨੇ ਮੈਨੂੰ ਇੰਨਾ ਕੁ ਜ਼ਿਆਦਾ ਪਰੇਸ਼ਾਨ ਅਤੇ ਹਰਾਸ ਇਹੋ ਜਿਹਾ ਕਰਤਾ ਵਾ ਕਿ ਸਮਾਜ ਸੇਵਾ ਤੋਂ ਵੀ ਮੈਨੂੰ ਪਾਸੇ ਕਿਨਾਰਾ ਕਰਨਾ ਪਿਆ ਵਾ। ਕੀ ਕਰਦੇ ਸੀ ਕਿ ਸਮਾਜ ਸੇਵਾ ਦੇ ਵਿੱਚ ਤੁਸੀਂ? ਸਮਾਜ ਸੇਵਾ ਦੇ ਵਿੱਚ ਮੈਂ ਸਿੱਖਿਆ ਅਦਾਰੇ ਦੇ ਵਿੱਚ ਸੇਵਾ ਨਿਭਾ ਚੁੱਕਾ ਵਾਂ। ਤੁਸੀਂ ਜਾ ਕੇ ਮੇਰੇ ਬੱਚਿਆਂ ਨੂੰ, ਸਟੂਡੈਂਟਸ ਨੂੰ ਪੁੱਛੋਗੇ, ਮੇਰੇ 17-18 ਬੱਚੇ ਨੇ ਜਿਨ੍ਹਾਂ ਨੂੰ ਮੈਂ ਫ੍ਰੀ ਆਫ ਕੋਸਟ ਡਿਗਰੀਆਂ ਕਰਾਉਂਦਾ ਪਿਆ ਸੀਗਾ, ਉਹਨਾਂ ਦਾ ਖਰਚਾ ਵੀ ਪੱਲਿਓ ਕਰਦਾ ਪਿਆ ਸੀਗਾ, ਠੀਕ ਆ। ਹੋਰ ਵੀ ਜਿੱਥੇ ਵੀ ਕਿਸੇ ਲੋੜਵੰਦ ਪਰਿਵਾਰ ਨੂੰ ਜਾਂ ਕਿਸੇ ਲੋੜਵੰਦ ਬੱਚੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਜ਼ਰੂਰਤ ਸੀਗੀ, ਤੁਹਾਡਾ ਵੀਰ ਕਰਮਜੀਤ ਸਿੰਘ ਗਿੱਲ ਹਮੇਸ਼ਾ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਸੀਗਾ। ਮੇਰੀ ਤਾਂ ਹਮੇਸ਼ਾ ਹੀ ਇਹੀ ਕੋਸ਼ਿਸ਼ ਅਤੇ ਮੇਰਾ ਇਹ ਉਪਰਾਲਾ ਹੁੰਦਾ ਵਾ, ਇੱਕ ਫ੍ਰੀ ਪੜ੍ਹਾਈ ਅਤੇ ਫ੍ਰੀ ਦਵਾਈ
ਕਿਸੇ ਲੋੜਵੰਦ ਪਰਿਵਾਰ ਨੂੰ, ਕਿਸੇ ਲੋੜਵੰਦ ਬੱਚੇ ਨੂੰ ਜ਼ਰੂਰਤ ਮਹਿਸੂਸ ਹੁੰਦੀ ਆ ਅਤੇ ਗਿੱਲ ਹਾਜ਼ਰ ਆ, ਗਿੱਲ ਦੀ ਜਾਨ ਵੀ ਹਾਜ਼ਰ ਆ, ਮੈਂ ਇੰਨਾ ਖਰਚਾ ਤੋਂ ਕਦੀ ਪਿੱਛੇ ਹਟਣ ਵਾਲਾ ਨਹੀਂ ਹਾਂ। ਤੁਸੀਂ ਕਾਂਗਰਸ ਪਾਰਟੀ ਦੇ ਇੱਕ ਪਾਰਟ ਹੋ, ਕਾਫੀ ਵਿਧਾਇਕ ਵੀ ਰੌਲਾ ਪਾ ਚੁੱਕੇ ਨੇ, ਨਹੀਂ ਸੁਣੀ ਜਾ ਰਹੀ, MP ਤੱਕ ਰੌਲਾ ਪਾ ਰਹੇ ਨੇ ਕਿ ਨਹੀਂ ਸੁਣੀ ਜਾ ਰਹੀ ਪੰਜਾਬ 'ਚ, ਕੀ ਸੱਚਾਈ ਹੈ? ਵਾਕਈ ਨਹੀਂ ਸੁਣੀ ਜਾ ਰਹੀ? ਕਿਉਂ ਜਦੋਂ ਤੁਸੀਂ ਪੁਲਿਸ ਪ੍ਰਸ਼ਾਸਨ ਕੋਲ ਜਾਂਦੇ ਹੋ ਉੱਥੇ ਕੀ ਤੁਹਾਨੂੰ ਆਸ਼ਵਾਸਨ ਦਿੱਤਾ ਜਾਂਦਾ? ਵੇਖੋ ਜੀ, ਸਾਡੇ ਜਿਹੜੇ ਮਾਣਯੋਗ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪੰਜਾਬ, ਬੜੇ ਸੁਚੱਜੇ ਤਰੀਕੇ ਦੇ ਨਾਲ ਪੰਜਾਬ ਨੂੰ ਮੈਨੇਜ ਕਰਦੇ ਪਏ ਨੇ। ਸਾਡੀ ਪਾਰਟੀ ਵਾਸਤੇ ਮੰਦਭਾਗੀ ਗੱਲ ਆ ਕਿ ਜਿਹੜੇ ਬਗਾਵਤੀ ਸੁਰਾਂ ਉੱਠਦੀਆਂ ਨੇ, ਇਹੋ ਜਿਹੀ ਕੋਈ ਗੱਲ ਨਹੀਂ ਆ। ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਪੰਜਾਬ ਬੜੇ ਸੁਚੱਜੇ ਤਰੀਕੇ ਦੇ ਨਾਲ ਲੀਹਾਂ 'ਤੇ ਆਇਆ ਵਾ, ਕਿਉਂਕਿ 10 ਸਾਲ ਜੋ ਅਕਾਲੀ ਭਾਜਪਾ ਦੇ ਰਾਜ ਦੇ ਵਿੱਚ ਪੰਜਾਬ ਕੁਰਾਏ ਪੈ ਚੁੱਕਾ ਸੀਗਾ, ਨਸ਼ੇ ਦੀ ਦਲਦਲ ਦੇ ਵਿੱਚ, ਬੇਰੁਜ਼ਗਾਰੀ ਦੇ ਵਿੱਚ, ਲੁੱਟਾਂ ਕਸੁੱਟਾਂ ਦੇ, ਚੋਰੀਆਂ ਦੇ ਵਿੱਚ ਬਹੁਤ ਬੁਰੇ ਹਾਲਾਤ ਸੀਗੇ। ਦੇਖੋ, ਸੁਧਾਰ ਕਰਨ ਵਾਸਤੇ ਸਮਾਂ ਤਾਂ ਲੱਗਦਾ, 3 ਸਾਲ ਦੇ ਵਿੱਚ ਕੈਪਟਨ ਸਾਹਿਬ ਨੇ ਬਹੁਤ ਵੱਡਾ ਸੁਧਾਰ ਲਿਆਂਦਾ ਪੰਜਾਬ ਦੇ ਵਿੱਚ, 10 ਲੱਖ ਨੌਕਰੀਆਂ ਪ੍ਰੋਵਾਈਡ ਕਰਵਾਈਆਂ ਨੇ, ਠੀਕ ਆ। ਨਸ਼ਾ ਮੁਕਤ ਕਰਨ ਦੀ ਗੱਲ ਕੀਤੀ ਸੀਗੀ, 100% ਦੇ ਕਰੀਬ ਪੰਜਾਬ ਨਸ਼ਾ ਮੁਕਤ ਹੋ ਚੁੱਕਾ ਵਾ। ਜਿਹੜੇ ਬਗਾਵਤੀ ਸੁਰਾਂ, ਇਹ ਤਾਂ ਹਰੇਕ ਪਾਰਟੀ ਦੇ ਵਿੱਚ ਹੈ ਜੀ। ਬਾਕੀ ਰਹੀ ਗੱਲ ਪ੍ਰਸ਼ਾਸਨ ਦੀ, ਇਹ ਸਰਕਾਰਾਂ ਦਾ ਕੋਈ ਕੰਮ ਨਹੀਂ ਇਹਦੇ ਵਿੱਚ ਹੈਗਾ, ਇਹ ਪ੍ਰਸ਼ਾਸਨ ਦਾ ਲਾਅ ਐਂਡ ਆਰਡਰ ਦਾ ਕੰਮ ਆ। ਮੈਂ DGP ਪੰਜਾਬ ਨੂੰ ਵੀ ਬੇਨਤੀ ਕਰ ਚੁੱਕਾ ਸੀਗਾ, ਉਹਨਾਂ ਦੇ ਦਫ਼ਤਰ ਸ਼ਿਕਾਇਤ ਵੀ ਪਹੁੰਚਾਈ ਸੀਗੀ ਆਪਣੀ। ਉਹਨਾਂ ਨੇ 9 ਤਰੀਕ ਨੂੰ CP ਅੰਮ੍ਰਿਤਸਰ, ਉਹਨਾਂ ਨੂੰ ਮਾਰ ਕਰਤੀ ਸੀਗੀ। ਮੈਂ CP ਅੰਮ੍ਰਿਤਸਰ ਨੂੰ ਵੀ ਮਿਲਿਆ ਵਾਂ, ਪਰ ਇਹ ਸਾਡਾ ਬੁਰੀ ਕਿਸਮਤ ਸਮਝ ਲਓ। ਮੈਂ ਕਿਸੇ ਅਫਸਰ ਦਾ ਨਾਂ ਨਹੀਂ ਲੈਣਾ ਚਾਹੁੰਦਾ, ਜਿਹੜੇ ਸਾਨੂੰ ਮਾੜੇ ਅਫਸਰ ਟੱਕਰ ਜਾਂਦੇ ਨੇ। ਉਹ ਕਹਿੰਦੇ ਜੀ ਤੈਨੂੰ ਇਹ ਕੋਈ ਥ੍ਰੈਟ ਨਹੀਂ ਹੈਗਾ। ਮੈਂ ਸਾਰਾ ਰਿਕਾਰਡ ਵੀ ਪੇਸ਼ ਕੀਤਾ, ਜਿਹਦੇ ਵਿੱਚ ਸ਼ਰੇਆਮ ਜਿਹੜੇ ਗਰਮ ਖਿਆਲੀ ਆ, ਪਾਕਿਸਤਾਨ +92 ਤੋਂ ਜਿਹੜੇ ਮੈਨੂੰ ਮੈਸੇਜ ਆਉਂਦੇ ਨੇ, ਖਾਲਿਸਤਾਨ ਟਾਸਕ ਫੋਰਸ ਆ ਜਾਂ ਲਿਬਰੇਸ਼ਨ ਫੋਰਸ ਆ, ਜਿਹੜੀਆਂ ਵੀ ਇਹਨਾਂ ਦੀਆਂ ਕੋਈ ਜਥੇਬੰਦੀਆਂ ਹੈਗੀਆਂ ਨੇ, ਜਾਂ ਜਿਹੜੇ ਗੈਂਗਸਟਰ ਨੇ ਜੇਲ੍ਹਾਂ ਦੇ ਵਿੱਚ ਬੈਠੇ ਆ, ਉਹ ਮੈਸੇਜ ਕਰਦੇ ਨੇ ਜਾਂ ਮੈਨੂੰ ਕਾਲ 'ਤੇ ਸੰਪਰਕ ਕਰਦੇ ਨੇ, ਸ਼ਰੇਆਮ ਨੂੰ ਧਮਕਾਉਂਦੇ ਨੇ ਕਿ ਇੰਨੇ ਦਿਨਾਂ ਦੇ ਵਿੱਚ ਤੇਰਾ ਕਾਂਡ ਕਰ ਦੇਣਾ ਵਾ। ਅਫਸਰਾਂ ਦੀ ਗਲਤੀ ਦੇ ਕਰਕੇ ਬਦਨਾਮ ਸਰਕਾਰਾਂ ਹੋ ਜਾਂਦੀਆਂ ਵਾ। ਲੇਕਿਨ ਕਿਤੇ ਨਾ ਕਿਤੇ ਡੰਡਾ ਤੰਦਰ ਤਾਂ ਭਾਅ ਜੀ ਹੈਗਾ ਹੀ ਆ ਨਾ, ਕਿਉਂਕਿ ਜੇ ਸਰਕਾਰ ਦਾ ਇੱਕ ਨੁਮਾਇੰਦੇ ਦੀ ਜਾਂ ਸਰਕਾਰ ਦੇ ਇੱਕ ਵਰਕਰ ਦੀ ਨਹੀਂ ਸੁਣੀ ਜਾ ਰਹੀ, ਜਾਂ ਕਿਉਂਕਿ ਕਾਂਗਰਸ ਪਾਰਟੀ ਦੇ ਤੁਸੀਂ ਵਰਕਰ ਹੋ ਇੱਕ, ਜੇ ਤੁਹਾਡੀ ਨਹੀਂ ਸੁਣੀ ਜਾ ਰਹੀ ਤਾਂ ਆਮ ਪਬਲਿਕ ਦੀ ਕਿੱਥੇ ਸੁਣੀ ਜਾਂਦੀ ਹੋਏਗੀ? ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਇਹ ਅਪੀਲ ਕਰੂੰਗਾ, ਮੈਂ ਆਪਣੀ ਸ਼ਿਕਾਇਤ ਸੀਗਾ, ਜੋ ਵੀ ਮੇਰਾ ਰਿਕਾਰਡ ਸੀਗਾ, ਮੈਂ ਸਾਰਾ ਇਹਨਾਂ ਨੂੰ ਪ੍ਰੋਵਾਈਡ ਕਰਤਾ ਵਾ। ਕੱਲ੍ਹ ਨੂੰ ਮੇਰਾ ਅਤੇ ਮੇਰੇ ਪਰਿਵਾਰ ਦਾ ਕੋਈ ਵੀ ਜਾਨੀ ਮਾਨੀ ਨੁਕਸਾਨ ਹੁੰਦਾ ਵਾ, ਉਹਦੇ ਮੁੱਖ ਤੌਰ 'ਤੇ ਜ਼ਿੰਮੇਵਾਰ DGP ਪੰਜਾਬ ਅਤੇ CP ਅੰਮ੍ਰਿਤਸਰ ਹੋਣਗੇ, ਕਿਉਂਕਿ ਇਹਨਾਂ ਦੇ ਧਿਆਨ ਦੇ ਵਿੱਚ ਮੇਰਾ ਸਾਰਾ ਮਸਲਾ ਵਾ। ਜਾਂਚ ਕਰਨੀ, ਰਿਕਾਰਡ ਖੰਗਾਲਣਾ, ਦੋਸ਼ੀਆਂ 'ਤੇ ਕਾਰਵਾਈ ਕਰਨੀ ਜਾਂ ਨਾ ਕਰਨੀ, ਉਹ ਪ੍ਰਸ਼ਾਸਨ ਦਾ। ਜਿਹੜੇ ਪ੍ਰੈਜ਼ੈਂਟ CP ਨੇ ਅੰਮ੍ਰਿਤਸਰ ਦੇ, ਕਿ ਜਿਹੜੇ ਤੋਂ ਪਹਿਲਾਂ ਸੀਗੇ, ਕਿਉਂਕਿ ਕਦੋਂ ਤੱਕ ਤੁਸੀਂ ਕਦੋਂ ਦੀ ਕੰਪਲੇਂਟ ਦਿੱਤੀ ਸੀ? ਮੇਰੀ ਰੀਸੈਂਟ 9 ਤਰੀਕ ਨੂੰ ਕੰਪਲੇਂਟ DGP ਆਫਿਸ ਤੋਂ ਮਾਰਕ ਹੋ ਕੇ CP ਅੰਮ੍ਰਿਤਸਰ ਨੂੰ ਪਹੁੰਚੀ ਸੀਗੀ। ਮੈਂ CP ਅੰਮ੍ਰਿਤਸਰ ਨੂੰ ਉਹਨਾਂ ਦੇ ਦਫ਼ਤਰ 'ਚ ਜਾ ਕੇ ਮਿਲਿਆ ਵੀ ਸੀਗਾ, ਸਾਰਾ ਰਿਕਾਰਡ ਵੀ ਉਹਨਾਂ ਦੇ ਅੱਗੇ ਰੱਖਿਆ, ਅਤੇ ਉਹਨਾਂ ਨੇ ਅੱਗੇ ਇਨਕੁਆਇਰੀ ਵੀ ਮਾਰਕ ਕਰਤੀ ਸੀਗੀ, ਇਨਕੁਆਇਰੀ ਵੀ ਹੋ ਗਈ ਸੀ ਥਾਣਾ ਸਦਰ ਤੋਂ, ਕੁਝ ਅਫਸਰ ਸਾਹਿਬਾਨ ਆਏ ਸੀਗੇ ਇਨਕੁਆਇਰੀ ਕਰਨ ਵਾਸਤੇ, ਜੋ ਵੀ ਉਹਨਾਂ ਨੂੰ ਢੁੱਕਵੀਂ ਕਾਰਵਾਈ ਲੱਗੀ, ਰਿਪੋਰਟ ਤਿਆਰ ਕਰਕੇ ਉਹਨਾਂ ਨੇ ਕਿੱਥੇ ਭੇਜੀ ਆ, ਪਰ ਹਾਲੇ ਤੱਕ ਮੈਨੂੰ ਕੋਈ ਵੀ ਖਬਰ ਨਹੀਂ ਹੈਗੀ ਇਸ। ਮੈਂ ਤਾਂ ਕਰਕੇ ਮੁੜ ਤੋਂ ਬੇਨਤੀ ਕਰਦਾ, ਕੱਲ੍ਹ ਨੂੰ ਮੇਰੇ ਪਰਿਵਾਰ ਦਾ ਅਤੇ ਮੇਰਾ ਕੋਈ ਜਾਨੀ ਮਾਨੀ ਨੁਕਸਾਨ ਹੋ ਜਾਂਦਾ ਵਾ, ਉਹਦੇ ਮੁੱਖ ਤੌਰ 'ਤੇ ਜ਼ਿੰਮੇਵਾਰ CP ਅੰਮ੍ਰਿਤਸਰ ਅਤੇ DGP ਪੰਜਾਬ ਹੋਣਗੇ। ਗਰਮ ਖਿਆਲਿਆਂ ਦੀ ਤੁਸੀਂ ਗੱਲ ਕੀਤੀ, ਕਿਆ ਕੋਈ ਗੈਂਗਸਟਰਸ ਵੱਲੋਂ ਵੀ ਤੁਹਾਨੂੰ ਧਮਕੀਆਂ ਆ ਰਹੀਆਂ? ਕਾਫੀ ਗੈਂਗਸਟਰ ਨੇ, ਹੁਣ ਮੈਂ ਕਿਹਦਾ ਨਾਮ ਲਵਾਂ ਭਾਅ ਜੀ।
ਇਹਦੇ ਵਿੱਚ ਤਾਂ ਮੇਰਾ ਕੋਈ ਰਿਕਾਰਡ ਤੁਸੀਂ ਚੈੱਕ ਕਰ ਲਓ, ਕਿਸੇ ਰਿਕਾਰਡ ਦੇ ਵਿੱਚ ਇਹੋ ਜਿਹੀ ਗੱਲ ਨਹੀਂ ਹੋਣੀ ਕਿਤੇ ਜਿੱਥੇ ਮੈਨੂੰ ਮਾਰਨ ਦੀ ਗੱਲ ਨਾ ਕੀਤੀ ਗਈ ਹੋਵੇ। ਕਈਆਂ ਨੇ ਤਿੱਥੋਂ ਉੱਤੋਂ ਕਹਿ ਦਿੱਤਾ ਵਾ ਕਿ ਤੇਰਾ ਪੱਗ ਸਮੇਹ ਦੀ ਸਿਰ ਕਲਮ ਕਰਕੇ ਲੈ ਜਾਵਾਂਗੇ, ਇਹ ਤੇਰੀ ਪੱਗ ਲਾ ਕੇ ਲੈ ਜਾਵਾਂਗੇ, ਤੇਰਾ ਕੇਸ ਕਤਲ ਕਰ ਦਿਆਂਗੇ, ਇਹ ਆ। ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ, ਵੇਖੋ ਇਹ ਜਿਹੜੀ ਸਿੱਖੀ ਹੈ ਨਾ, ਇਹ ਕਿਸੇ ਦੇ ਬਾਪ ਦੀ ਮੁੱਲ ਦੀ ਖਰੀਦੀ ਹੋਈ ਨਹੀਂ ਆ। ਆ ਜਿਹੜੇ ਅਖੌਤੀ ਬੈਠੇ ਹੋਏ ਨੇ, ਆਪਣੇ ਆਪ ਨੂੰ ਕਹਿੰਦੇ ਨੇ ਪੰਥ ਦੇ ਸੇਵਾਦਾਰ, ਉਹ ਉਹਨਾਂ ਦੇ ਘਰ ਦੀ ਨਹੀਂ ਆ, ਇਹ ਦਸਵੇਂ ਪਾਤਸ਼ਾਹ ਦੀ ਦਸਤਾਰ ਆ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਆ ਸਾਨੂੰ। ਮੈਂ ਉਸ ਭਾਈਚਾਰੇ 'ਚੋਂ ਹਾਂ, ਮੈਂ ਮਜ਼੍ਹਬੀ ਸਿੱਖ ਭਾਈਚਾਰੇ 'ਚੋਂ ਹਾਂ, ਜਿਸ ਕਾਰਨ ਮੈਨੂੰ ਸੋਸ਼ਲ ਮੀਡੀਆ 'ਤੇ ਜਲੀਲ ਕਰਨ ਵਾਸਤੇ 100 ਵਾਰ ਨਹੀਂ ਹਜ਼ਾਰਾਂ ਵਾਰੀ ਜਾਤੀ ਸੂਚਕ ਸ਼ਬਦ ਬੋਲੇ ਗਏ ਆ। ਮੈਂ ਮਜ਼੍ਹਬੀ ਸਿੱਖ ਭਾਈਚਾਰੇ 'ਚੋਂ ਹਾਂ, ਉਸ ਭਾਈਚਾਰੇ 'ਚੋਂ ਹਾਂ ਜਿਹੜੀ ਯੋਧਿਆਂ ਦੀ ਕੌਮ ਆ, ਦਲੇਰਾਂ ਦੀ ਕੌਮ ਆ, ਅਣਖਾਂ ਦੀ ਕੌਮ ਆ, ਕੋਈ ਗਦਾਰਾਂ ਦੀ ਕੌਮ ਨਹੀਂ ਆ। ਸਾਡੀ ਕੌਮ ਨੇ, ਸਾਡੇ ਭਾਈਚਾਰੇ ਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਹਮੇਸ਼ਾ ਹੀ ਉਹਨਾਂ ਦੇ ਸਰੀਰ ਦਾ ਇੱਕ ਅਹਿਮ ਅੰਗ ਬਣ ਕੇ ਸਾਥ ਦਿੱਤਾ, ਸਾਥ ਨਿਭਾਇਆ, ਕਦੇ ਪਿੱਠ ਨਹੀਂ ਵਿਖਾਈ ਉਹਨਾਂ ਨੂੰ। ਇਸ ਕਰਕੇ ਮੈਂ ਜਿੱਥੇ ਵੀ ਖੜਾ ਵਾਂ ਟਾਈਟਲਰ ਸਾਹਿਬ ਦੇ ਨਾਲ ਖੜਾ ਵਾਂ। ਦਸਵੇਂ ਪਾਤਸ਼ਾਹ ਨੇ ਕਿਹਾ ਸੀਗਾ, 1,25,000 ਸੇ ਏਕ ਲੜਾਊਂ ਤਬੇ ਗੋਬਿੰਦ ਸਿੰਘ ਨਾਮ ਖਵਾਓ। ਇਹ ਦਸਵੇਂ ਪਾਤਸ਼ਾਹ ਦਾ ਸ਼ੇਰ ਆ, ਇਹ ਕੋਈ ਆ ਫੁਕਰਿਆਂ ਦਾ ਸ਼ੇਰ ਨਹੀਂ ਆ, ਜਿਹੜਾ ਆਪਣੇ ਆਪ ਨੂੰ ਗਰਮ ਖਿਆਲੀਏ ਦੱਸਦੇ ਆ ਜਾਂ ਜਿਹੜੇ ਮੈਨੂੰ ਡਰਾਉਂਦੇ ਧਮਕਾਉਂਦੇ ਆ। ਮਰਨਾ ਸੱਚਾ ਜਿਉਣਾ ਝੂਠਾ, ਉਹ ਅਕਾਲ ਪੁਰਖ ਵਾਹਿਗੁਰੂ ਦੇ ਹੱਥ 'ਚ ਮੌਤ ਆ, ਇਹ ਲੱਖ ਵਾਰ ਵੀ ਕੋਸ਼ਿਸ਼ਾਂ ਕਰਦੇ ਰਹਿਣਗੇ, ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਚਾਹਿਆ ਮੌਤ ਮੈਨੂੰ ਉਦੋਂ ਆਉਣੀ ਆ। ਬਾਕੀ ਜਿਹੜੀ ਸਾਡੀ ਕਾਨੂੰਨੀ ਕਾਰਵਾਈ ਆ, ਉਹਦੇ ਵਾਸਤੇ ਮੈਂ ਵਾਰ ਵਾਰ ਅਪੀਲ ਵੀ ਕਰ ਚੁੱਕਾ ਵਾਂ, ਬੇਨਤੀ ਵੀ ਕਰ ਚੁੱਕਾ ਵਾਂ, ਉੱਤੇ ਕੋਈ ਗੌਰ ਨਹੀਂ ਆ। ਇੱਕ ਹੋਰ ਗੱਲ ਆ, ਜ਼ਿੰਦਗੀ ਜਿਉਣ ਦੇ ਅਸੂਲ ਹੁੰਦੇ ਨੇ, ਤਰੀਕੇ ਆ। ਕਰਮਜੀਤ ਸਿੰਘ ਗਿੱਲ ਦਾ ਇਹ ਅਸੂਲ ਆ, ਜਿੱਥੇ ਲਕੀਰ ਖਿੱਚਤੀ ਡਟ ਕੇ ਖੜੋਤੇ ਹਾਂ, ਅੜ ਕੇ ਖੜੋਤੇ ਹਾਂ, ਹਿੱਕ ਠੋਕ ਕੇ ਖੜੋਤੇ ਹਾਂ। ਟਾਈਟਲਰ ਸਾਹਿਬ ਦੇ ਨਾਲ ਖੜੋਤੇ ਸੀ, ਅੱਜ ਵੀ ਖੜੋਤੇ ਹਾਂ, ਅਤੇ ਅਗਾਂਹ ਵੀ ਟਾਈਟਲਰ ਸਾਹਿਬ ਦੇ ਫੇਵਰ 'ਚ ਖੜੋਤੇ ਰਹਾਂਗੇ। ਇਹ ਤਸਵੀਰਾਂ ਟਾਈਟਲਰ ਸਾਹਿਬ ਨਾਲ ਲੱਗੀਆਂ ਸੀ ਤਾਂ ਤੁਹਾਨੂੰ ਥਰੈਟ ਮਿਲ ਰਹੀ ਹੈ? ਮੈਂ ਤਾਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਜੀ, ਇਕੱਲਾ ਮੇਰਾ ਤਸਵੀਰਾਂ ਤੱਕ ਉਹਨਾਂ ਦੇ ਨਾਲ ਕੋਈ ਸਾਂਝ ਨਹੀਂ ਆ। ਜੇ ਤਸਵੀਰਾਂ ਦੀ ਗੱਲ ਕਰੋ ਤਾਂ ਸੌਵਾਂ ਦੇ ਹਿਸਾਬ ਨਾਲ ਟਾਈਟਲਰ ਸਾਹਿਬ ਦੇ ਨਾਲ ਮੇਰੀਆਂ ਤਸਵੀਰਾਂ ਨੇ, ਜਿਹੜੀਆਂ ਕੁਝ ਕੁ ਫੇਸਬੁੱਕ 'ਤੇ ਸੋਸ਼ਲ ਮੀਡੀਆ 'ਤੇ ਵਾਇਰਲ ਨੇ। ਮੇਰੀ ਦਿਲੀ ਸਾਂਝ ਵੀ ਆ ਟਾਈਟਲਰ ਸਾਹਿਬ ਦੇ ਨਾਲ, ਸਾਡੀ ਪਰਿਵਾਰਕ ਸਾਂਝ ਵੀ ਆ, ਦੁੱਖ ਸੁੱਖ ਦੇ ਭਾਈਵਾਲ ਵੀ ਆ। ਨਾ ਟਾਈਟਲਰ ਸਾਹਿਬ ਨੇ ਅੱਜ ਤੱਕ ਮੈਨੂੰ ਪਿੱਠ ਵਿਖਾਈ, ਅਤੇ ਨਾ ਹੀ ਅਸੀਂ ਪਿੱਠ ਵਿਖਾ ਕੇ ਟਾਈਟਲਰ ਸਾਹਿਬ ਦਾ ਕਦੀ ਸਾਹ ਛੱਡਣ ਵਾਲੇ ਹਾਂ। ਟਾਈਟਲਰ ਸਾਹਿਬ ਦੇ ਨਾਲ ਖੜੋਤੇ ਸੀਗੇ, ਟਾਈਟਲਰ ਸਾਹਿਬ ਦੇ ਕਰਕੇ ਮੈਨੂੰ ਮਰਨਾ ਵੀ ਪਊਗਾ, ਜਾਨ ਦੇਣੀ ਵੀ ਪਊਗੀ, ਇੱਕ ਇਲ ਹਾਜ਼ਰ ਆ। ਉਹੀ ਗੱਲ ਆ, ਜਿੱਥੇ ਲਕੀਰ ਖਿੱਚਦੀ ਆ, ਅੜ ਕੇ ਖੜੋਤੇ ਆ, ਡਟ ਕੇ ਖੜੋਤੇ ਆ, ਟਾਈਟਲਰ ਸਾਹਿਬ ਦੇ ਨਾਲ ਰਹਿੰਦੇ ਸਾਹਾਂ ਤੱਕ ਖੜੋਤੇ ਰਹਾਂਗੇ। ਜੱਗੂ ਭਗਵਾਨਪੁਰੀਆ ਵੱਲੋਂ ਵੀ ਤੁਹਾਨੂੰ ਕੋਈ ਧਮਕੀਆਂ ਦਿੱਤੀਆਂ ਜਾ ਰਹੀਆਂ? ਜੀ, ਮੈਨੂੰ ਮੈਸੰਜਰ ਮੇਰੇ ਕਾਲ 'ਤੇ ਕਾਲ ਆਉਂਦੇ ਰਹੇ, ਜੱਗੂ ਭਗਵਾਨਪੁਰੀਆ ਦੇ ਨਾਮ 'ਤੇ ਜਿਹੜਾ ਇਹਦਾ ਅਕਾਊਂਟ ਸੀਗਾ ਉੱਤੇ 15:36 ਗੱਲ ਹੋਈ, ਕਈ ਇਹਦੇ ਮਿਸ ਕਾਲ ਵੀ ਆਏ ਸੀਗੇ, ਬੜੇ ਤਰ੍ਹਾਂ ਦੇ ਮੈਸੇਜ ਵੀ ਆਏ ਸੀਗੇ, ਜਿਹਦੇ ਸਿੱਧੇ ਅਤੇ ਅਸਿੱਧੇ ਤੌਰ 'ਤੇ ਮੈਨੂੰ ਮੇਰੇ ਪਰਿਵਾਰ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਆ, ਮਾਰਨ ਦੀਆਂ ਗੱਲਾਂ ਵੀ ਕਹੀਆਂ ਸੀਗੀਆਂ। ਹੋਰ ਦੋ ਜਣਿਆਂ ਨੇ ਗੱਲ ਕੀਤੀ ਸੀਗੀ, ਜਿਹੜਾ ਜੱਗੂ ਭਗਵਾਨਪੁਰੀ ਨਾਮ ਮੈਸੰਜਰ 'ਤੇ ਮੈਨੂੰ ਕਾਲ ਆਇਆ ਸੀਗਾ, ਠੀਕ ਆ। ਬਾਕੀ ਪ੍ਰਸ਼ਾਸਨ 'ਤੇ ਸਾਰਾ ਹੁਣ ਗੱਲ ਬਣਦੀ ਆ, ਪ੍ਰਸ਼ਾਸਨ ਨੇ ਤਾਂ ਕੀ ਕਾਰਵਾਈ ਕਰਦਾ ਵਾ ਕੀ ਨਹੀਂ ਕਰਦਾ, ਮੈਂ ਤਾਂ ਸਾਰਾ ਰਿਕਾਰਡ ਇਹਨਾਂ ਨੂੰ ਪੇਸ਼ ਕਰ ਚੁੱਕਾ ਵਾਂ। ਸਕਿਉਰਿਟੀ ਦੀ ਜ਼ਰੂਰਤ ਹੈ ਕਿ ਨਹੀਂ? ਅਕਾਲ ਪੁਰਖ ਵਾਹਿਗੁਰੂ ਤੋਂ ਵੱਡੀ ਕੋਈ ਸਕਿਉਰਿਟੀ ਨਹੀਂ ਆ ਪੁਲਿਸ ਵੱਲੋਂ। ਮੈਂ ਇਹ ਕਹਿੰਦਾ ਵਾਂ ਕਿ ਜਿਹੜੇ ਦੋਸ਼ੀ ਨੇ,
ਜਿਹੜੇ ਮੈਨੂੰ ਸਮੇਂ ਸਮੇਂ 'ਤੇ ਧਮਕਾਉਂਦੇ ਪਏ ਨੇ, ਜਿਹੜੇ ਮੇਰੇ ਪਰਿਵਾਰ ਨੂੰ ਟਾਰਗੇਟ ਕਰਨਾ ਚਾਹੁੰਦੇ ਨੇ। ਮੇਰੇ ਫੇਸਬੁੱਕ 'ਤੇ 2 ਮਹੀਨੇ ਪਹਿਲਾਂ ਮੇਰੀ ਛੋਟੀ ਸਿਸਟਰ ਦੀ ਮੈਰਿਜ ਸੀਗੀ। ਬੜੀ ਵੱਡੀ ਸਾਜ਼ਿਸ਼ ਸੀਗੀ ਉਸ ਮੌਕੇ 'ਤੇ ਵੀ, ਕਿ ਮੈਨੂੰ ਫੇਸਬੁੱਕ 'ਤੇ ਬੜੇ ਮੈਸੇਜ ਆਏ, ਤੇਰੀ ਭੈਣ ਦਾ ਵਿਆਹ ਸੀਗਾ, ਤੂੰ ਆਪਣੀ ਭੈਣ ਦੇ ਵਿਆਹ 'ਤੇ ਟਾਈਟਲਰ ਨੂੰ ਨਹੀਂ ਬੁਲਾਇਆ। ਮੈਂ ਉਹ ਮੈਸੇਜ ਪੜ੍ਹ ਕੇ ਬਹੁਤ ਹੈਰਾਨ ਵੀ ਸੀਗਾ ਅਤੇ ਪਰੇਸ਼ਾਨ ਵੀ ਸੀਗਾ ਕਿ ਮੇਰੀ ਸੀਕ੍ਰੇਸੀ, ਛੋਟੀ ਛੋਟੀ ਇਨਫੋਰਮੇਸ਼ਨ ਇਹਨਾਂ ਨੂੰ ਹੈਗੀ ਆ। ਕਹਿਣ ਦਾ ਮਤਲਬ ਇਹ ਸੀਗਾ ਕਿ ਇਹ ਟਾਈਟਲਰ ਸਾਹਿਬ ਦੀ ਆਉਣ ਦੀ ਇੰਤਜ਼ਾਰ 'ਚ ਸੀਗੇ ਕਿ ਟਾਈਟਲਰ ਸਾਹਿਬ ਇੱਥੇ ਪਹੁੰਚਣਗੇ ਅਤੇ ਅਸੀਂ ਕੋਈ ਨਾ ਕੋਈ ਵੱਡੀ ਘਟਨਾ ਨੂੰ ਅੰਜਾਮ ਦੇਵਾਂਗੇ। ਇਸ ਕਰਕੇ ਪ੍ਰਸ਼ਾਸਨ ਦੀ ਬੜੀ ਵੱਡੀ ਲਾਪਰਵਾਹੀ ਆ, ਨਾਕਾਮੀ ਆ, ਅਤੇ ਕਿਹੜੇ ਕਿਹੜੇ ਸ਼ਬਦ ਕਵਾਂ ਹੋਰ, ਕਿ ਪ੍ਰਸ਼ਾਸਨ 'ਤੇ ਕੋਈ ਢੁੱਕਵੀਂ ਕਾਰਵਾਈ ਕਰਨ 'ਤੇ ਕੋਈ ਹੈ ਨਹੀਂ ਹੈ, ਮੈਨੂੰ ਸਮਰੱਥ ਨਹੀਂ ਵੇਖਦਾ ਪਿਆ। ਲੇਕਿਨ 1984 ਦੀ ਅਗਰ ਗੱਲ ਕੀਤੀ ਜਾਵੇ, ਕਾਂਗਰਸ ਦੇ ਮੱਥੇ 'ਤੇ ਹਮੇਸ਼ਾ ਕਾਲਾ ਕਲੰਕ ਬਣ ਕੇ ਸਾਹਮਣੇ ਆਉਂਦੀ ਆ, ਚਾਹੇ ਉਹ ਦਿੱਲੀ ਦੇ ਜਿਹੜੇ ਅਟੈਕ ਦੀ ਗੱਲ ਕੀਤੀ ਜਾਵੇ। ਕਿਆ ਲੱਗਦਾ ਹੈ ਕਿ ਹੁਣ ਤੁਸੀਂ ਆਪਣੇ ਕੋਈ ਸੀਨੀਅਰ ਕੈਪਟਨ ਅਮਰਿੰਦਰ ਸਿੰਘ ਹੋਣਾਂ ਨਾਲ ਗੱਲ ਕਰੋਗੇ ਜਾਂ ਕਿਸੇ ਨੂੰ ਮਿਲੋਗੇ ਕਿ ਤੁਹਾਨੂੰ ਕੋਈ ਕੋਈ ਪ੍ਰੋਵਾਈਡ ਕਰਵਾਈ ਜਾਵੇ ਸਿਕਿਉਰਿਟੀ, ਤਾਂ ਜੋ ਤੁਹਾਡੀ ਜਾਨ ਨੂੰ ਸੁਰੱਖਿਆ ਕੀਤੀ ਜਾ ਸਕੇ, ਤਾਂ ਜੋ ਕਿ ਕੋਈ ਵੀ ਗਰਮ ਖਿਆਲੀ ਜਾਂ ਕੋਈ ਗੈਂਗਸਟਰ ਤੁਹਾਨੂੰ ਨਿਸ਼ਾਨਾ ਨਾ ਬਣਾ ਸਕੇ? ਜਿਹੜੀ ਤੁਸੀਂ 1984 ਦੀ ਗੱਲ ਕਰਦੇ ਹੋ, ਮੈਂ ਤਾਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਾ ਵਾਂ, ਉਹਦੇ ਵਿੱਚ ਟਾਈਟਲਰ ਸਾਹਿਬ ਦਾ ਕੋਈ ਰੋਲ ਨਹੀਂ ਸੀਗਾ। ਠੀਕ ਆ, ਉਹ ਅਸਹਿਪਣਾ ਸੀਗਾ ਜਿਹੜਾ ਸਾਡੀ ਕੌਮ ਨਾਲ ਵਾਪਰਿਆ। ਅੱਜ ਵੀ ਸਾਡੇ ਉਹ ਅੱਲੇ ਜ਼ਖਮ ਨੇ, ਜ਼ਖਮ ਸਾਡੇ ਰਿਸਦੇ ਨੇ, ਸਾਨੂੰ ਦਰਦ ਮਹਿਸੂਸ ਹੁੰਦਾ ਵਾ ਜਿਹੜਾ ਸਾਡੀ ਕੌਮ ਦੇ ਨਾਲ ਵਾਪਰ ਗਿਆ। ਲੇਕਿਨ ਜਿਹੜੇ ਗਰਮ ਖਿਆਲੀ ਉਹ ਚਾਪਲੂਸੀ ਕਹਿੰਦੇ ਨੇ, ਉਹ ਕਹਿੰਦੇ ਜਗਦੀਸ਼ ਟਾਈਟਲਰ ਨਾਲ ਕਿਸੇ ਸਿੱਖ ਦੀ ਤਸਵੀਰ ਹੈ ਤਾਂ ਉਹ ਚਾਪਲੂਸ ਹੈ। ਨਹੀਂ ਜੀ, ਇਹਨਾਂ ਨੇ ਮੈਨੂੰ ਬੜੇ ਮੈਸੇਜ ਕੀਤੇ ਆ, ਜਿਹਦੇ ਵਿੱਚੋਂ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ, ਜਿਹੜੇ ਕਾਰਜਕਾਰੀ ਜਥੇਦਾਰ ਸਾਹਿਬ ਨੇ ਸਾਡੇ ਅਕਾਲ ਤਖਤ ਸਾਹਿਬ ਦੇ, ਉਹਨਾਂ ਨੂੰ ਵੀ ਇਹਨਾਂ ਨੇ ਬਹੁਤ ਮੈਸੇਜ ਪਹੁੰਚਾਏ ਹੋਏ ਆ ਕਿ ਕਰਮ ਗਿੱਲ ਨੂੰ ਇਹਨੂੰ ਪਹੁੰਚੋ, ਛੇਕ ਦਿੱਤਾ ਜਾਵੇ, ਇਹਦੇ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖੀ ਜਾਵੇ। ਹੈ, ਤੁਹਾਨੂੰ ਹਜ਼ਾਰਾਂ ਹੀ ਮੈਸੇਜ ਇਹੋ ਜਿਹੇ ਵਿਖ ਜਾਣਗੇ। ਇਹਦੇ ਵਿੱਚ ਚਾਪਲੂਸੀ ਵਾਲੀ ਕੋਈ ਗੱਲ ਨਹੀਂ ਆ। ਮੈਂ ਤਾਂ ਇੱਕ ਗੱਲ ਕਰਦਾ ਵਾਂ, ਜਿਹੜਾ ਜਿਹੜਾ ਬੰਦਾ ਸੱਚ ਦੇ ਨਾਲ ਖੜੋਂਦਾ ਵਾ ਨਾ, ਉਹਨੂੰ ਬਦਨਾਮ ਕਰਨ ਵਾਸਤੇ 100 ਤਰ੍ਹਾਂ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾਂਦੀਆਂ ਨੇ। ਸੱਚ ਦੇ ਨਾਲ ਖੜੋਤੇ ਆ, ਉਹਦੇ ਵਿੱਚ ਨਾ ਤਾਂ ਟਾਈਟਲਰ ਸਾਹਿਬ ਦਾ ਰੋਲ ਸੀਗਾ ਅਤੇ ਨਾ ਤਾਂ ਟਾਈਟਲਰ ਸਾਹਿਬ ਦੇ ਕਰੀਬੀਆਂ ਦਾ ਰੋਲ ਸੀਗਾ। ਟਾਈਟਲਰ ਸਾਹਿਬ ਬੇਦਾਗ, ਇਮਾਨਦਾਰੀ ਦੀ ਮੂਰਤ ਨੇ, ਅਮਨ ਪਸੰਦ ਨੇ, ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਨੇ। ਜੇਕਰ ਅਸੀਂ ਗੱਲ ਕਰੀਏ ਸਿੱਖ ਪੰਥ ਦੀ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਤੁੱਟ ਵਿਸ਼ਵਾਸ ਆ ਟਾਈਟਲਰ ਸਾਹਿਬ ਦਾ। ਗੁਰਦੁਆਰਾ ਸਾਹਿਬ ਜਾਂਦੇ ਨੇ, ਨਤਮਸਤਕ ਹੁੰਦੇ ਨੇ ਗੁਰੂ ਦੇ ਅੱਗੇ, ਅਤੇ ਮੇਰੇ ਨਹੀਂ ਖਿਆਲ ਦੇ ਵਿੱਚ ਜੇ ਕਿਸੇ ਨੇ ਇਹੋ ਜਿਹਾ ਕੋਈ ਕਰਮ ਕੀਤਾ ਹੋਵੇ ਤਾਂ ਬਾਅਦ 'ਚ ਉਹਦੀ ਜ਼ਮੀਰ ਵੀ ਵਾਜ ਦਿੰਦੀ ਹੋਊਗੀ ਗੁਰੂ ਘਰ ਜਾਣ ਦੀ। ਨਹੀਂ, ਲੇਕਿਨ ਗਿੱਲ ਸਾਹਿਬ ਅਗਰ ਗੱਲ ਕੀਤੀ ਜਾਵੇ ਉਸ ਸਮੇਂ ਦੀ, ਗੁਰੂ ਗ੍ਰੰਥ ਸਾਹਿਬ ਦੀ, ਠੀਕ ਆ ਉਹਨਾਂ ਦੀ ਆਸਾ ਹੋ ਸਕਦੀ ਆ, ਮੇਰੀ ਵੀ ਆਸਾ ਆ, ਲੇਕਿਨ ਜਦੋਂ ਉੱਥੇ ਗੋਲੀਆਂ ਲੱਗੀਆਂ ਸੀਗੀਆਂ ਗੁਰੂ ਗ੍ਰੰਥ ਸਾਹਿਬ ਨੂੰ, ਉਦੋਂ ਉਹਨਾਂ ਨੇ ਕਿਉਂ ਨਹੀਂ ਅਸਤੀਫਾ ਦੇ ਦਿੱਤਾ, ਜਾਂ ਉਸ ਤੋਂ ਉਸ ਟਾਈਮ ਕਿਉਂ ਨਹੀਂ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਚੀਜ਼ ਕੀਤੀ? ਮੇਰੇ ਨਾਲੋਂ ਨਾ ਪੱਤਰਕਾਰ ਭਾਈਚਾਰਾ ਇਸ ਗੱਲ 'ਤੇ ਸੱਚ ਤੋਂ ਬੜੀ ਚੰਗੀ ਤਰ੍ਹਾਂ ਜਾਣੂ ਆ, ਕਿਉਂਕਿ ਇੱਕ ਮੀਡੀਆ ਹੀ ਇਹੋ ਜਿਹਾ ਫੀਲਡ ਹੈਗਾ ਜਿਹਦੇ ਕੋਲ ਹਰੇਕ ਤਰ੍ਹਾਂ ਦਾ ਰਿਕਾਰਡ ਪ੍ਰੋਵਾਈਡ ਆ। ਜੇ ਆਪਾਂ 1984 ਦੀ ਗੱਲ ਕਰੀਏ ਤਾਂ 1984 ਦਾ ਸਾਰਾ ਰਿਕਾਰਡ ਮੀਡੀਆ ਤੋਂ ਆ। ਖੰਗਾਲ ਲਓ, ਪਤਾ ਕਰ ਲਓ ਮੁੱਖ ਦੋਸ਼ੀ ਕੌਣ ਸੀਗੇ, ਥੱਲਿਓਂ ਪੁੱਠੀਆਂ ਸਿੱਧੀਆਂ ਰਿਪੋਰਟਾਂ ਤਿਆਰ ਕਰ ਕਰਕੇ ਭੇਜਣ ਵਾਲੇ ਕੌਣ ਸੀਗੇ, ਕਿਹੜੀਆਂ ਪਾਰਟੀ ਸੀਗੀਆਂ, ਕਿਹੜੀਆਂ ਜਥੇਬੰਦੀਆਂ ਸੀਗੀਆਂ। ਜੇਕਰ ਸ਼ਾਹ ਅਕਾਲ ਤਖਤ ਸਾਹਿਬ ਨੂੰ ਇਹਨਾਂ ਨੇ ਅੱਤਵਾਦ ਦਾ ਗੜ੍ਹ ਬਣਾਇਆ ਸੀਗਾ, ਕੌਣ ਜ਼ਿੰਮੇਵਾਰ ਸੀਗਾ, ਇੰਨਾ ਅਸਲਾ ਕਿੱਥੋਂ ਆਇਆ? ਸਰਕਾਰਾਂ ਨੇ ਤਾਂ ਪ੍ਰੋਵਾਈਡ ਨਹੀਂ ਸੀਗੇ ਕੀਤਾ। ਇਹੋ ਜਿਹੇ ਅੰਦਰ ਕੁਕਰਮ ਹੋ ਗਏ
ਜਿਹੜੇ ਅਸੀਂ ਆਪਣੇ ਮੂੰਹ ਤੋਂ ਵੀ ਬਿਆਨ ਨਹੀਂ ਕਰ ਸਕਦੇ। ਹਜ਼ਾਰਾਂ ਦੇ ਹਿਸਾਬ ਨਾਲ ਸਾਡੇ ਫੌਜੀ ਵੀਰ ਸ਼ਹੀਦ ਹੋ ਗਏ, ਠੀਕ ਆ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਾਂ ਗੁਰਦੁਆਰਾ ਸਾਹਿਬ ਕੀ ਕੁਛ ਨਹੀਂ ਹੋਇਆ ਉੱਥੇ ਮੌਕੇ 'ਤੇ। ਉਹਦਾ ਮੁੱਖ ਜ਼ਿੰਮੇਵਾਰ ਜਰਨੈਲ ਸਿੰਘ ਭਿੰਡਰਾਂਵਾਲਾ ਸੀਗਾ, ਉਹਦੀ ਸੋਚੀ ਸਮਝੀ ਸਾਜ਼ਿਸ਼ ਸੀਗੀ ਸਾਰੀ। ਉਹ ਖਾਲਿਸਤਾਨ ਦਾ ਹਮਾਇਤੀ ਸੀਗਾ, ਉਹ ਅੱਤਵਾਦੀਆ ਸੀਗਾ, ਅੱਤਵਾਦ ਫੈਲਾਇਆ ਸੀਗਾ। ਮੈਂ ਖਾਲਿਸਤਾਨ ਦੇ ਵਿਰੋਧ ਦੇ ਵਿੱਚ ਇਸ ਕਰਕੇ ਹਾਂ, ਜਿਹੜੀਆਂ ਅੱਜ ਅਸੀਂ ਅਰਦਾਸਾਂ ਕਰਦੇ ਹਾਂ, ਅਰਦਾਸ ਦੇ ਅਖੀਰ ਦੇ ਵਿੱਚ ਗੁਰੂ ਪਾਤਸ਼ਾਹ ਨੂੰ, ਗੁਰੂ ਪਾਤਸ਼ਾਹ ਤੋਂ ਮੰਗ ਕਰਦੇ ਹਾਂ ਕਿ ਪੰਜਾ ਸਾਹਿਬ ਨਨਕਾਣਾ ਸਾਹਿਬ ਦੀ ਸੇਵਾ ਸੰਭਾਲਦਾ ਸਾਨੂੰ ਮੁੜ ਤੋਂ ਦਾਨ ਬਖਸ਼ਿਆ ਜਾਵੇ। ਜਿਹੜੇ ਖਾਲਿਸਤਾਨ ਦੇ ਹਮਾਇਤੀ ਨੇ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਅਰਦਾਸ ਸਾਹਿਬ ਮੁੜ ਤੋਂ ਬਣਾਓਗੇ? ਕੀ ਫਿਰ ਤੁਹਾਡੀ ਨਵੀਂ ਅਰਦਾਸ ਹੋਊਗੀ ਜੇ ਤੁਸੀਂ ਖਾਲਿਸਤਾਨ ਦੀ ਮੰਗ ਕਰਦੇ ਹੋ? ਉਸ ਤੋਂ ਬਾਅਦ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਤੁਹਾਡੀ ਹੱਦ ਤੋਂ ਬਾਹਰ ਚਲ ਜਾਣਗੇ, ਉਹਨਾਂ ਵਾਸਤੇ ਨਵੀਂ ਅਰਦਾਸ ਹੋਊਗੀ? ਇਸ ਕਰਕੇ ਇਹ ਅਖੰਡਤਾ ਨੂੰ ਕਾਇਮ ਰੱਖਣ, ਏਕਤਾ ਨੂੰ ਕਾਇਮ ਰੱਖਣ। ਇਹ ਜਿਹੜੇ ਕੁਝ ਕੁ ਹੈਗੇ ਨੇ ਸ਼ਰਾਰਤੀ, ਆਪਣੇ ਆਪ ਨੂੰ ਪੰਥ ਦੇ ਠੇਕੇਦਾਰ ਦੱਸਦੇ ਨੇ, ਉਹਨਾਂ ਦੀਆਂ ਸ਼ਰਾਰਤਾਂ ਨੇ ਭਾਅ ਜੀ ਸਾਰੀਆਂ। ਕੁਝ ਕੁ ਪੈਸਿਆਂ ਦੀ ਖਾਤਰ ਉਹ ਕੰਮ ਕਰੀ ਜਾਂਦੇ ਪਏ ਨੇ। ਸਾਡਾ ਵੀ ਜਿਹੜਾ ਯੂਥ ਆ, ਨੌਜਵਾਨ ਆ, ਉਹਨੂੰ ਕੁਰਾਏ ਪਾਇਆ ਹੋਇਆ ਇਹਨਾਂ ਨੇ। ਇਸ ਕਰਕੇ ਸਾਰਿਆਂ ਨੂੰ ਜਾਗਰ ਹੋਣ ਦੀ ਲੋੜ ਆ, ਸੋਚਣ ਦੀ ਲੋੜ ਆ, ਸਮਝਣ ਦੀ ਲੋੜ ਆ। ਇਹ ਸਨ ਕਰਮਜੀਤ ਸਿੰਘ ਗਿੱਲ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਇਹਨਾਂ ਨੂੰ, ਔਰ ਖਾਸ ਤੌਰ 'ਤੇ ਇਹਨਾਂ ਸੋਸ਼ਲ ਮੀਡੀਆ 'ਤੇ ਥਰੈਟ ਮਿਲ ਰਹੇ ਨੇ ਗਰਮ ਖਿਆਲੀਆਂ ਵੱਲੋਂ ਔਰ ਗੈਂਗਸਟਰਸ ਵੱਲੋਂ। ਔਰ ਉਹਨਾਂ ਦਾ ਕਹਿਣਾ ਇਹ ਹੈ ਕਿ ਜਗਦੀਸ਼ ਟਾਈਟਲਰ ਹੁਣ ਜੋ ਨੇ, ਉਹਨਾਂ ਨੂੰ CBI ਤੋਂ ਕਲੀਨ ਚਿੱਟ ਮਿਲ ਚੁੱਕੀ ਹੈ। ਔਰ ਜਦੋਂ 1984 ਦਾ ਉਹ ਦੁਕਾਨ ਜਿਹੜਾ ਸੀਗਾ ਵਾਪਰਿਆ ਸੀਗਾ, ਅਤੇ ਉਹਨਾਂ ਦੇ ਆਪਣੇ ਜਿਹੜੇ ਹਿਰਦਾ ਸੀਗਾ ਉਹ ਵੀ ਵਲੁੰਡਰਿਆ ਗਿਆ ਸੀਗਾ। ਔਰ ਉਹਨਾਂ ਦਾ ਕਹਿਣਾ ਇਹੀ ਹੈ ਕਿ ਅਗਰ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਉਹਨਾਂ ਦੀ ਜਾਨ ਮਾਲ ਨੂੰ ਕੋਈ ਨੁਕਸਾਨ ਹੁੰਦਾ, ਤਾਂ ਉਹਦੇ ਪਿੱਛੇ ਪੁਲਿਸ ਪ੍ਰਸ਼ਾਸਨ ਜਿਹੜਾ ਜ਼ਿੰਮੇਵਾਰ ਹੋਵੇਗਾ। ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।